ਸਤਿਗੁਰੂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਨਾਨਕਸਰ ਸੰਪ੍ਰਦਾਇ ਦੇ ਮੁੱਖ ਪਾਵਨ ਅਸਥਾਨ 'ਤੇ ਸਜੀ ਹੋਈ ਗੁਰੂ ਸਰੂਪ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅੱਜ ਅਸੀਂ ਸਾਰੇ ਹੀ ਸਮੁੱਚਾ ਖਾਲਸਾ ਪੰਥ, ਸਮੁੱਚੀਆਂ ਸੰਪਰਦਾਵਾਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਪੁਰਬ ਨੂੰ ਦੇਸ਼ ਵਿਦੇਸ਼ ਦੇ ਵਿੱਚ ਮਨਾ ਰਹੇ ਹਾਂ। ਉੱਥੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਹਰਭਜਨ ਸਿੰਘ ਜੀ, ਉਹਨਾਂ ਦੇ ਦੁਸਹਿਰੇ ਦੇ ਅਰਦਾਸ ਸਮਾਗਮ ਦੇ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ, ਜਿੱਥੇ ਸਮੁੱਚੀਆਂ ਸਿੱਖ ਸੰਪਰਦਾਵਾਂ ਹਾਜ਼ਰ ਨੇ, ਸੰਤ ਮਹਾਂਪੁਰਸ਼ ਹਾਜ਼ਰ ਨੇ। ਉੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਔਰ ਦਮਦਮੀ ਟਕਸਾਲ ਦਲ ਪੰਥ ਵਿਧੀ ਚੰਦ ਮਹਾਂਪੁਰਸ਼ ਸੰਤ ਬਾਬਾ ਅਵਤਾਰ ਸਿੰਘ ਜੀ ਔਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਉਹਨਾਂ ਦੇ ਵੱਲੋਂ ਵੀ ਬਾਬਾ ਜੱਸਾ ਸਿੰਘ ਜੀ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਨੇ, ਜਿਨ੍ਹਾਂ ਦੀ ਹਾਜ਼ਰੀ ਬਹੁਤ ਸਤਿਕਾਰਯੋਗ ਬਾਬਾ ਹਰਜਿੰਦਰ ਸਿੰਘ ਜੀ ਜਿੰਦੂ ਜੀ ਆਪ ਸੰਗਤਾਂ ਦੇ ਸਾਹਮਣੇ ਲਵਾ ਰਹੇ ਨੇ, ਲਵਾਉਣਗੇ। ਆਓ ਇੱਕ ਵਾਰੀ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਵਪੁਰੀ ਮਹਿ ਗਇਓ ਆਪ ਪਰਮੇਸ਼ੁਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬੈਠਾਇਓ। ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਿਨ੍ਹਾਂ ਨੇ ਜ਼ਬਰ ਅਤੇ ਜ਼ੁਲਮ ਦਾ ਟਾਕਰਾ ਸ਼ਾਂਤ ਚਿੱਤ ਰਹਿ ਕੇ ਤਸੀਹੇ ਚੱਲ ਕੇ ਮਹਾਨ ਸ਼ਹਾਦਤ ਪ੍ਰਾਪਤ ਕੀਤੀ, ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਿਰਤਾਜ, ਲਾਸਾਨੀ ਸ਼ਹੀਦ ਬਾਣੀ ਦੇ ਬੋਹਿਤ ਕਰਕੇ ਸਤਿਕਾਰ ਦੇ ਸ਼ਬਦ ਦੇ ਕਹਿੰਦੇ ਹਾਂ। ਉੱਥੇ ਅੱਜ ਨਾਨਕਸਰ ਸੰਪ੍ਰਦਾਇ ਦੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰਭਜਨ ਸਿੰਘ ਜੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਤੱਤਾਂ ਵਿੱਚ ਵਲੀਨ ਹੋ ਕੇ ਅਕਾਲ ਪੁਰਖ ਦੇ ਚਰਣਾਂ ਵਿੱਚ ਜਾ ਵਿਰਾਜਮਾਨ ਹੋਏ ਨੇ। ਆਪਾਂ ਕਿਸੇ ਦੁਕਾਨ 'ਤੇ ਜਾਈਏ ਕੱਪੜਾ ਖਰੀਦਣ ਵਾਸਤੇ, ਕੱਪੜੇ ਦੀ ਸਾਨੂੰ ਕੋਈ ਪਹਿਚਾਣ ਨਹੀਂ ਹੁੰਦੀ, ਪਰ ਦੁਕਾਨਦਾਰ ਨੂੰ ਅਸੀਂ ਇਹ ਜ਼ਰੂਰ ਪੁੱਛਦੇ ਹਾਂ ਕਿ ਇਹ ਕੱਪੜਾ ਕਿਤਨਾ ਕੁ ਚਿਰ ਹੰਡੇਗਾ। ਕੱਪੜੇ ਦੀ ਵੀ ਗਰੰਟੀ ਲੈਂਦੇ ਹਾਂ। ਕੱਪੜਾ ਖਰੀਦ ਕੇ ਦਰਜੀ ਕੋਲ, ਟੇਲਰ ਮਾਸਟਰ ਕੋਲ ਜਾਂਦੇ ਹਾਂ, ਸਵਾਉਣ ਲੱਗਿਆਂ ਇਹ ਜ਼ਰੂਰ ਪੁੱਛਦੇ ਹਾਂ ਵੀ ਜਿਸ ਧਾਗੇ ਨਾਲ ਇਹ ਕੱਪੜਾ ਸਿਉਣਾ ਹੈ ਉਸ ਧਾਗੇ ਦੀ ਕਿੰਨੀ ਕੁ ਗਰੰਟੀ ਹੈ। ਅਸੀਂ ਕੱਚਾ ਭਾਂਡਾ ਖਰੀਦਣ ਵਾਸਤੇ ਜਾਂਦੇ ਹਾਂ ਘੁਮਿਆਰ ਦੇ ਕੋਲੋਂ, ਉਸ ਨੂੰ ਵੀ ਪੁੱਛਦੇ ਹਾਂ ਵੀ ਇਹਦੀ ਕਿੰਨੀ ਕੁ ਗਰੰਟੀ ਹੈ। ਹਰ ਇੱਕ ਚੀਜ਼ ਦੀ ਗਰੰਟੀ ਪੁੱਛਦੇ ਹਾਂ। ਪਰ ਸਾਧ ਸੰਗਤ ਜੀ,
ਇਸ ਸਰੀਰ ਦੀ ਇਸ ਜੀਵਨ ਦੀ ਕੋਈ ਗਰੰਟੀ ਨਹੀਂ। ਗੁਰਦੇਵ ਪਾਤਸ਼ਾਹ ਨੇ ਗੁਰਬਾਣੀ ਵਿੱਚ ਵੀ ਅੰਕਿਤ ਕੀਤਾ ਹੈ, ਤੂੰ ਕਾਏ ਗਰਭੈ ਬਾਵਲੀ ਜੈਸੇ ਭਾਦੋਂ ਖੂੰਬ ਰਾਜ, ਤੂੰ ਤਿਸ ਤੇ ਖਰੀ ਉਤਾਵਲੀ। ਸਿਆਣੇ ਵਿਦਵਾਨ ਕਹਿੰਦੇ ਨੇ ਜਿਵੇਂ ਸਾਉਣ ਭਾਦਰੋਂ ਦੇ ਮਹੀਨੇ ਵਿੱਚ ਖੁੰਬਾਂ ਪੈਦਾ ਹੁੰਦੀਆਂ ਧਰਤੀ ਵਿੱਚੋਂ, ਹੋਰ ਵੀ ਜੀਵ ਜੰਤੂ ਪੈਦਾ ਹੁੰਦੇ ਨੇ। ਸਿਆਣੇ ਕਹਿੰਦੇ ਖੁੰਬ ਦੀ ਬੁਨਿਆਦ 24 ਘੰਟੇ ਦੀ ਹੁੰਦੀ ਹੈ, 24 ਘੰਟੇ ਤੋਂ ਪਹਿਲਾਂ ਉਸ ਨੂੰ ਕੋਈ ਪੁੱਟ ਕੇ ਸਬਜ਼ੀ ਬਣਾ ਕੇ ਛੱਕ ਲਵੇ ਤੇ ਕਾਰ ਆਮਦ ਹੈ, 24 ਘੰਟਿਆਂ ਤੋਂ 1 ਸੈਕਿੰਡ ਉੱਪਰ ਚਲੇ ਜਾਏ ਤੇ ਸੜਕੇ ਸੁਆਹ ਹੋ ਜਾਂਦੀ ਹੈ। ਖੁੰਬ ਦੀ ਬੁਨਿਆਦ ਹੈ ਪਰ ਇਸ ਜੀਵਨ ਦੀ ਕੋਈ ਬੁਨਿਆਦ ਨਹੀਂ ਹੈ। ਫਿਰ ਕੀ ਕਰਨਾ ਚਾਹੀਦਾ ਹੈ? ਕਬੀਰ ਇਹੋ ਤਨ ਜਾਏਗਾ ਕਵਨੇ ਮਾਰਗ ਲਾਏ, ਇਸ ਤਨ ਨੇ ਚਲੇ ਜਾਣਾ ਹੈ, ਕਿਸ ਰਸਤੇ 'ਤੇ ਚਲਾਈਏ, ਇਸ ਨੂੰ ਕਿਸ ਮਾਰਗ 'ਤੇ ਤੋਰੀਏ। ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਤਿਗੁਰੂ ਪਿਤਾ ਜੀ ਕਹਿੰਦੇ ਨੇ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ। ਜਾਂ ਤਾਂ ਸਾਧੂ ਸਤਿਗੁਰੂ ਦੇ ਪਿਆਰਿਆਂ ਦੀ ਸੰਗਤ ਕਰ, ਅਤੇ ਮਹਾਂਪੁਰਸ਼ਾਂ ਨੇ ਉਹਨਾਂ ਪੰਕਤੀਆਂ ਦੇ ਅਨੁਸਾਰ ਮਹਾਂਪੁਰਸ਼ਾਂ ਦੀ ਸੰਗਤ ਕੀਤੀ। ਹੁਣੇ ਆਪ ਜੀ ਭਾਈ ਹਰਜਿੰਦਰ ਸਿੰਘ ਜੀ ਜਿੰਦੂ ਜੀ ਦੇ ਪਾਸੋਂ ਸਰਵਣ ਕਰ ਰਹੇ ਸੀ। ਮਹਾਂਪੁਰਸ਼ ਸੰਤ ਬਾਬਾ ਗੁਰਚਰਨ ਸਿੰਘ ਜੀ ਆਪ ਜੀ ਨੂੰ ਦਰਸਾ ਰਹੇ ਸਨ, ਔਰ ਜਿਨ੍ਹਾਂ ਨੂੰ ਤੁਸੀਂ ਇਹ ਸੇਵਾ ਬਖਸ਼ਿਸ਼ ਕੀਤੀ ਹੈ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਤਹਿਲ ਮਹਿਲ ਤਿਸ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਠਾਕੁਰ ਹੱਥ ਵਡਿਆਈਆਂ ਜੈ ਭਾਵੈ ਤੈ ਦੇ। ਇਹ ਮਾਲਕ ਦੇ ਹੱਥ ਵਿੱਚ ਵਡਿਆਈਆਂ ਨੇ, ਉਹ ਆਪਣੀ ਰਸਨਾ ਤੋਂ ਅੰਮ੍ਰਿਤ ਬਚਨ ਕਹਿ ਕੇ ਗਏ ਨੇ ਕਿ ਅਸੀਂ 48 ਸਾਲ ਇਕੱਠੇ ਰਹੇ, ਇੱਕੇ ਬਾਟੀ ਵਿੱਚ ਪ੍ਰਸ਼ਾਦਾ ਛਕਦੇ ਰਹੇ। ਦਾਸ ਕਈ ਵਾਰੀ ਗਾਹੇ ਵਗਾਹੇ ਸਮਾਗਮਾਂ ਵਿੱਚ ਹਾਜ਼ਰੀ ਭਰਨ ਜਾਂਦਾ, ਭਾਈ ਜਿੰਦੂ ਜੀ ਨਗਰਾਂ ਵਿੱਚ ਸਮਾਗਮਾਂ ਦਾ ਪ੍ਰਬੰਧ ਕਰਦੇ ਨੇ। ਦੇਖਣਾ ਮਹਾਂਪੁਰਸ਼ ਨਗਰਾਂ ਵਿੱਚ ਆਉਂਦੇ ਨੇ ਪ੍ਰੋਗਰਾਮਾਂ ਦੇ ਉੱਤੇ, ਉੱਥੇ 12-1 ਵੱਜ ਜਾਂਦਾ ਸੀ ਅਤੇ ਆਉਂਦਿਆਂ ਨੂੰ ਇਸ਼ਨਾਨ ਦਾ ਸਮਾਂ ਹੋ ਜਾਂਦਾ ਸੀ, ਕਿਉਂਕਿ ਇਸ ਅਸਥਾਨ ਦੀ ਸੇਵਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਹੈ ਇਹ ਬਹੁਤ ਕਠਿਨ ਹੈ। ਇਹ ਤਾਂ ਅਸੀਂ ਸਾਰੇ ਹੀ ਕਹਿੰਦੇ ਹਾਂ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਰੂਪ ਦੇ ਵਿੱਚ ਨੇ, ਸਾਰੇ ਕਹਿੰਦੇ ਹਾਂ, ਸੁਣਦੇ ਵੀ ਹਾਂ, ਪੜ੍ਹਦੇ ਵੀ ਹਾਂ, ਪਰ ਮੰਨਦੇ ਬਹੁਤ ਘੱਟ ਹਾਂ। ਇਹ ਸੰਪਰਦਾਇ ਦੇ ਉੱਤੇ ਬਖਸ਼ਿਸ਼ ਹੈ, ਕਹਿੰਦੇ ਨਹੀਂ, ਸੁਣਦੇ ਨਹੀਂ, ਮੰਨਦੇ ਨੇ, ਔਰ ਸਤਿਗੁਰਾਂ ਨੂੰ ਪ੍ਰਤੱਖ ਸਰੂਪ ਜਾਣ ਕੇ ਸੇਵਾ ਕਰਦੇ ਨੇ। ਹੁਣੇ ਮਹਾਂਪੁਰਸ਼ ਸੇਵਾ ਵਿੱਚ ਹਾਜ਼ਰ ਹੋ ਗਏ ਨੇ ਜਾ ਕੇ, ਅਤੇ ਜਿਨ੍ਹਾਂ ਨੇ ਵੀ ਪ੍ਰਤੱਖ ਰੂਪ ਵਿੱਚ ਸਤਿਗੁਰਾਂ ਦੀ ਸੇਵਾ ਕੀਤੀ, ਸਤਿਗੁਰਾਂ ਨੇ ਉਹਨਾਂ ਨੂੰ ਸਤਿਕਾਰ ਬਖਸ਼ਿਸ਼ ਕੀਤਾ ਹੈ, ਸਤਿਗੁਰਾਂ ਨੇ ਉਹਨਾਂ ਨੂੰ ਮਾਣ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਜਦੋਂ ਵਡਿਆਈ ਮਿਲਦੀ ਹੈ ਉਦੋਂ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਨੇ, ਫਿਰ ਸੰਗਤਾਂ ਰਫਤਾਰ ਦੇਖਦੀਆਂ ਨੇ, ਗੁਫਤਾਰ ਦੇਖਦੀਆਂ ਨੇ, ਦਸਤਾਰ ਦੇਖਦੀਆਂ ਨੇ, ਵਿਚਾਰ ਸੁਣਦੀਆਂ ਨੇ, ਕਿਉਂਕਿ ਉਹਨਾਂ ਵਿੱਚ ਇੱਕ ਵਿਲੱਖਣਤਾ ਆ ਜਾਂਦੀ ਹੈ। ਇਸ ਕਰਕੇ ਮਹਾਂਪੁਰਸ਼ ਸੰਤ ਬਾਬਾ ਰਾਮ ਸਿੰਘ ਜੀ ਕਹਿ ਰਹੇ ਸਨ ਜਿਵੇਂ ਦਸਤਾਰਾਂ ਸਜਾਈਆਂ ਨੇ ਹੱਥ ਵੀ ਰੱਖਿਓ, ਹੱਥ ਗੁਰੂ ਕੀ ਸੰਗਤ ਦਾ ਹੈ, ਔਰ ਸਮੁੱਚੀਆਂ ਮਹਾਂਪੁਰਸ਼ਾਂ ਦੀਆਂ ਸੰਪਰਦਾਵਾਂ ਨੇ ਇਹ ਅਸੀਸਾਂ ਬਖਸ਼ਿਸ਼ ਕੀਤੀਆਂ ਨੇ। ਸਤਿਗੁਰੂ ਰਹਿਮਤ ਕਰਨ ਮਹਾਂਪੁਰਸ਼ ਸੰਤ ਬਾਬਾ ਗੁਰਮੇਲ ਸਿੰਘ ਜੀ ਜਿਨ੍ਹਾਂ ਨੂੰ ਇਹ ਸੇਵਾਵਾਂ ਬਖਸ਼ਿਸ਼ ਹੋਈਆਂ ਨੇ, ਚੜ੍ਹਦੀ ਕਲਾ ਵਿੱਚ ਸੇਵਾਵਾਂ ਲੈਣ, ਔਰ ਮਹਾਂਪੁਰਸ਼ ਸੰਤ ਬਾਬਾ ਹਰਭਜਨ ਸਿੰਘ ਜੀ ਉਹ ਤੇ ਨਿਰੰਕਾਰ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਚੁੱਕੇ ਨੇ, ਕਿਉਂਕਿ ਜਿਹੜੇ ਸੰਤ ਨੇ ਨਾ ਇਹ ਤਾਂ ਮਾਲਕ ਨੇ ਆਪਣੀ ਡਿਊਟੀ ਲਾ ਕੇ ਭੇਜੇ ਹੁੰਦੇ ਨੇ, ਇਹ ਹਮੇਸ਼ਾ ਹੀ ਜਿਉਂਦੇ ਰਹਿੰਦੇ ਨੇ। ਤੇਰੇ ਜਨ ਪਰਉਪਕਾਰੀ ਆਏ,
ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ, ਉਹ ਤਾਂ ਮਾਲਕ ਨਾਲ ਮਨਾਉਣ ਵਾਸਤੇ ਆਉਂਦੇ ਨੇ। ਇਸ ਕਰਕੇ ਗੁਰੂ ਦੇ ਨਾਲ ਜਿਹੜੇ ਜੁੜੇ ਹੋਏ ਨੇ ਨਾ, ਗੁਰੂ ਦੇ ਸੇਵਕ ਬਣ ਜਾਂਦੇ ਨੇ। ਅਕੀਦਾ ਆਂ ਕੇ ਮੁਰੀਦਾਂ ਨੇ ਗੁਰੂ ਬਾਬਾ ਹਿਸ਼ਤਰਵੰਦ, ਕਹਿੰਦਾ ਮੈਨੂੰ ਯਕੀਨ ਹੈ, ਮੈਨੂੰ ਵਿਸ਼ਵਾਸ ਭਰੋਸਾ ਹੈ ਕਿ ਜਿਹੜਾ ਗੁਰੂ ਦਾ ਸੇਵਕ ਬਣ ਗਿਆ ਉਹ ਬਹਿਸ਼ਤਾਂ ਦਾ ਵਾਸੀ ਬਣ ਜਾਂਦਾ ਹੈ। ਜੰਮਣ ਮਰਨ ਨਾ ਤਿੰਨ ਕਹੋ, ਜੋ ਹਰ ਲੜ ਲਾਗੇ, ਗੁਰੂ ਦੇ ਲੜ ਲੱਗ ਜਾਂਦੇ ਨੇ, ਉਹ ਆਉਣ ਜਾਣ ਤੋਂ ਰਹਿਤ ਹੋ ਜਾਂਦੇ ਨੇ। ਸੰਤਾਂ ਦੀ ਤਾਂ ਡਿਊਟੀ ਲੱਗਦੀ ਹੈ, ਡਿਊਟੀ ਆਪਣੀ ਸੰਪੂਰਨ ਕਰਕੇ ਮਾਲਕ ਦੇ ਪਾਸ ਜਾ ਬੈਠਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।